ਗਲੀ ਦੇ ਵਿੱਚ ਸੀਵਰੇਜ ਦਾ ਕੰਮ ਕਰ ਰਹੇ ਮਜ਼ਦੂਰਾਂ ਨੂੰ ਚਾਹ ਪਿਲਾਉਣ ਆਏ ਇੱਕ ਬਜ਼ੁਰਗ ਵਿਅਕਤੀ ਦੇ ਨਾਲ ਕੁੱਟਮਾਰ ਕੀਤੀ ਗਈ ਹੈ। ਹਾਲਾਂਕਿ ਇਹ ਕੁੱਟਮਾਰ ਵੀ ਉਸਦੇ ਗੁਆਂਢੀਆਂ ਦੇ ਵੱਲੋਂ ਕੀਤੇ ਜਾਣ ਦੇ ਇਲਜ਼ਾਮ ਲਗਾਏ ਗਏ ਨੇ ਤੇ ਘਟਨਾ ਸੀਸੀਟੀਵੀ ਦੇ ਵਿੱਚ ਵੀ ਕੈਦ ਹੋਈ ਹੈ। ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਜਦੋਂ ਇੱਕ ਵਿਅਕਤੀ ਕੁਝ ਕੰਮ ਕਰ ਰਹੇ ਮਜ਼ਦੂਰਾਂ ਨੂੰ ਚਾਹ ਪਿਲਾਉਣ ਆਉਂਦਾ ਤਾਂ ਪਿੱਛੋਂ ਤੀ ਦੋ ਵਿਅਕਤੀਆਂ ਦੇ ਵੱਲੋਂ ਆ ਕੇ ਹਮਲਾ ਕਰ ਦਿੱਤਾ ਜਾਂਦਾ, ਜਿਸ ਦੇ ਕਾਰਨ ਜੋ ਬਜ਼ੁਰਗ ਵਿਅਕਤੀ ਹੈ ਉਹ ਗੰਭੀਰ ਰੂਪ ਨਾਲ ਜ਼ਖਮੀ ਹੋਇਆ। ਮਾਮਲਾ ਮਿੱਟੀ ਨੂੰ ਲੈ ਕੇ ਸਾਹਮਣੇ ਆਇਆ ਕਿ ਮਿੱਟੀ ਜੋ ਹੈ ਉਹ ਪਲਾਟ ਦੇ ਵਿੱਚ ਕਿਸੇ ਪਾਈ ਜਾ ਰਹੀ ਸੀ, ਪਰ ਉਸਨੂੰ ਲੈ ਕੇ ਕਿਹਾ ਜਾ ਰਿਹਾ ਕਿ ਦੋਵੇਂ ਧਿਰਾਂ ਆਹਮੋ ਸਾਹਮਣੇ ਹੋ ਗਈਆਂ ਅਤੇ ਇੱਕ ਧਿਰ ਨੇ ਦੂਸਰੀ ਦੇ ਉੱਤੇ ਹਮਲਾ ਕਰ ਦਿੱਤਾ, ਜਿਸ ਦੇ ਵਿੱਚ ਇੱਕ ਬਜ਼ੁਰਗ ਵਿਅਕਤੀ ਗੰਭੀਰ ਰੂਪ ਨਾਲ ਜ਼ਖਮੀ ਹੋਇਆ ਅਤੇ ਉਸਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਹਾਲਾਂਕਿ ਹਸਪਤਾਲ ਦੇ ਵਿੱਚ ਜਾਣਕਾਰੀ ਦਿੰਦੇ ਹੋਏ ਬਜ਼ੁਰਗ ਵਿਅਕਤੀ ਨੇ ਦੱਸਿਆ ਕਿ ਉਸਨੂੰ ਹਮੇਸ਼ਾ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਇਹਨਾਂ ਦੇ ਵੱਲੋਂ ਅਤੇ ਹੁਣ ਉਸਦੇ ਉੱਤੇ ਹਮਲਾ ਕਰ ਦਿੱਤਾ ਗਿਆ, ਜਦਕਿ ਉਹ ਗਲੀ ਦੇ ਵਿੱਚ ਜੋ ਸੀਵਰੇਜ ਦਾ ਕੰਮ ਕਰ ਰਹੇ ਸੀ ਮਜ਼ਦੂਰ ਉਹਨਾਂ ਨੂੰ ਚਾਹ ਪਿਲਾਉਣ ਦੇ ਲਈ ਗਿਆ ਸੀ, ਪਰ ਅਚਾਨਕ ਹੀ ਉਸਦੇ ਉੱਤੇ ਹਮਲਾ ਕਰ ਦਿੱਤਾ ਅਤੇ ਜਿਸ ਦੇ ਵਿੱਚ ਕਿਹਾ ਜਾ ਰਿਹਾ ਕਿ ਉਸਦੇ ਗੰਭੀਰ ਸੱਟਾਂ ਲੱਗੀਆਂ ਨੇ ਅਤੇ ਉਸਨੂੰ ਇਲਾਜ ਲਈ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਗੁਰਦੀਪ ਸਿੰਘ ਬੇਦੀ ਮੇਰਾ ਨਾਂ ਜੀ, ਟਰਾਂਸਪੋਰਟ ਦਾ ਮੈਂ ਕੰਮ ਕਰਦਾ ਜੀ ਅਤੇ ਸਕੀਮ ਨੰਬਰ 5 ਦੇ ਨਾਲ ਮੈਂ ਰਹਿੰਦਾ ਜੀ। ਅੱਜ ਉੱਥੇ ਗਲੀ ਵਿੱਚ ਸੀਵਰੇਜ ਪੈ ਰਿਹਾ ਸੀ, ਉਹਨਾਂ ਨੇ ਹੌਦੀ ਪੁੱਟੀ ਸੀ ਅਤੇ ਮਿੱਟੀ ਜਿਹੜੀ ਉਹ ਗਲੀ ਵਿੱਚ ਪਈ ਸੀ ਅਤੇ ਉਹ ਮਿੱਟੀ ਜਿਹੜੀ ਆ ਉਹ ਚੁੱਕਣ ਵਾਸਤੇ ਗਲੀ ਸਾਫ਼ ਕਰਨ ਵਾਸਤੇ ਆਏ ਅਤੇ ਉਹ ਨਾਲ ਦੇ ਪਲਾਟ ਵਿੱਚ ਮਿੱਟੀ ਧੱਕਦੇ ਪਏ ਸੀਗੇ ਅਤੇ ਮੈਂ ਉਹਨਾਂ ਨੂੰ ਚਾਹ ਪਿਉਣ ਗਿਆ ਸੀਗਾ। ਇਹ ਆਪਣੇ ਘਰੋਂ ਮੈਨੂੰ ਗਾਲਾਂ ਕੱਢਣ ਡਿਆ ਪਿਆ ਵੀ ਤੂੰ ਪਲਾਟ 'ਚ ਮਿੱਟੀ ਕਿਉਂ ਪਾਉਣ ਡਿਆ, ਅਤੇ ਮੁੜ ਕੇ ਇਹਨਾਂ ਨੇ ਹੱਥ ਵਿੱਚ ਕੁਝ ਫੜਿਆ ਸੀ ਆ ਕੇ ਮੇਰੇ ਇਹਨਾਂ ਨੇ ਸੱਟ ਲਾ ਤੀ। ਬਲਕਾਰ ਸਿੰਘ ਅਤੇ ਉਹਦੀ ਵਹੁਟੀ ਅਤੇ ਉਹਦਾ ਮੁੰਡਾ ਸੀਗਾ ਅਤੇ ਕਹਿੰਦੇ ਸੀ ਵੀ ਇੱਥੇ ਅਸੀਂ ਮਿੱਟੀ ਨਹੀਂ ਪੈਣ ਦੇਣੀ। ਝਗੜੇ ਦਾ ਕਾਰਨ ਇਹ ਹੈ ਜੀ ਵੀ ਗਲੀ ਵਿੱਚ ਮਿੱਟੀ ਜਿਹੜੇ ਉਹ ਠੇਕੇਦਾਰ ਪਲਾਟ ਵਿੱਚ ਸੁੱਟ ਰਿਹਾ ਸੀਗਾ, ਮੈਂ ਲਾਗੇ ਖਲੋਤਾ ਸੀਗਾ ਅਤੇ ਇਹ ਮੈਨੂੰ ਗਾਲਾਂ ਕੱਢਣ ਡਿਆ ਪਿਆ ਅਤੇ ਬਿਨਾਂ ਕਿਸੇ ਵਜ੍ਹਾ ਮੇਰੇ ਮੈਨੂੰ ਇਹਨਾਂ ਨੇ ਕਿਸੇ ਚੀਜ਼ ਦਾ ਮੇਰੇ ਸੱਟ ਲਾ ਤੀ ਅਤੇ ਮੇਰਾ ਜਿਹੜਾ ਉਹ ਹੱਥ ਟੁੱਟ ਗਿਆ। ਤਿੰਨ ਜਾਣੇ ਸੀ, ਬਲਕਾਰ ਸਿੰਘ ਉਹਦੀ ਵਹੁਟੀ ਅਤੇ ਉਹਦਾ ਮੁੰਡਾ। ਨਹੀਂ ਕੀਤੀ ਜੀ, ਅਸੀਂ ਪ੍ਰਸ਼ਾਸਨ ਨੂੰ ਮੰਗ ਕਰਦੇ ਹਾਂ ਕਿ ਮੈਨੂੰ ਇਨਸਾਫ ਦਵਾਇਆ ਜਾਏ। ਇਹ ਮੇਰੇ ਗੁਆਂਢੀ ਰਹਿੰਦਾ ਵਾ ਅਤੇ ਹਰ ਵਕਤ ਸਾਨੂੰ ਤੰਗ ਕਰਦਾ ਅਤੇ ਇੱਥੇ ਕਾਨੂੰਨੀ ਕਾਰਵਾਈ ਕੀਤੀ ਜਾਏ। ਹਾਂਜੀ, ਮੇਰਾ ਨਾਮ ਡਾਕਟਰ ਰੋਹਿਤ ਹੈ, ਮੈਡੀਕਲ ਆਫਿਸਰ ਸਿਵਲ ਹੋਸਪਿਟਲ ਗੁਰਦਾਸਪੁਰ। ਇੱਕ ਪੇਸ਼ੈਂਟ ਆਇਆ ਜੀ ਆਪਣੇ ਕੋਲ, ਮਿਸਟਰ ਗੁਰਦੀਪ ਸਿੰਘ। ਕੋਈ ਬਾਹਰ ਕੋਈ ਮਾਰਕੀਟ ਆਈ ਹੋਈ ਹੈ ਕਿ ਉਹ ਪੇਸ਼ੈਂਟ ਲੈ ਕੇ ਆਏ ਆਪਣੇ ਕੋਲ ਅਤੇ ਵਾਈਟਲ ਸਟੇਬਲ ਹੈ ਪੇਸ਼ੈਂਟ ਦੀ, ਲੇਕਿਨ ਪੇਸ਼ੈਂਟ ਦੀ ਕੁਛ ਇੰਜਰੀਜ਼ ਹੈਗੀਆਂ ਜਿਹੜੀਆਂ ਅਸੀਂ ਅੰਡਰ ਐਕਸਰੇ ਜਿਹੜੀਆਂ ਉਹ ਰੱਖੀਆਂ ਅਤੇ ਬਾਕੀ ਫਸਟ ਏਡ ਜਿਹੜੀ ਆ ਉਹ ਆਪਾਂ ਪੇਸ਼ੈਂਟ ਨੂੰ ਪ੍ਰੋਵਾਈਡ ਕਰਵਾ ਦਿੱਤੀ ਹੈ। ਜੋ ਵੀ ਐਕਸਰੇ ਰਿਪੋਰਟ ਹੋਣਗੀਆਂ ਅਤੇ ਉਹਦੇ ਅਕੋਰਡਿੰਗਲੀ ਪੁਲਿਸ ਇਨਫੋਰਮੇਸ਼ਨ ਅਸੀਂ ਭੇਜ ਦਿੱਤੀ ਹੈ। ਸੋ ਬਾਕੀ ਦੀ ਕਾਰਵਾਈ ਆ ਜਦੋਂ ਐਕਸਰੇ ਰਿਪੋਰਟਸ ਆ ਜਾਣਗੀਆਂ ਤਾਂ ਉਹਦੇ ਬਾਅਦ ਕੀਤੀ ਜਾਵੇਗੀ।